हाँ जी, सत श्री अकाल जी सारिआं नूं। ते असीं ना ये सोच रहे सीगे, हुणे बैठे बैठे पवन थोड़ा जिहा इमोशनल हो गई, तां असीं सोच रहे सी कि ना लोक गीतां विच इक पवन गीत गाउंदे हुंदे आ, सानूं सखियां नाल उहनां तोड़ सूहे चीरे वे वालिआ, है ना। ते जिहड़ा ये सखी शब्द है जां सखियां नाल जिहड़ा स्नेह है, कहिंदे ना वी नाल दी जम्मी भैण नालों वी ज़्यादा प्यार हुंदा, है ना, पवन सखियां नाल। ते जदों फिर विछोड़ा पैंदा, है ना, तो फिर मन बहुत दुखी हुंदा। पवन इस मामले च बहुत ज़्यादा वो है ना, इहनूं मसां चुप कराया सीगा, तूं चुप कर। तो मैं दसां जी, कल ही साड़ी बहुत ही नेड़े दी सहेली सखी, है ना, अमन, उन्दे विआह दे शायद लोक गीत भी पाए सी, तुसीं सुणे सीगे, ते उहदा विआह होया। तो मैं पवन मेथों तो सच्ची गल दसां, मैं तो उहदी फोटो ही नहीं देख सकी, मेरे मन नूं कुछ होया तो मैं ना उत्थे ही फोन पासे रखता। तो मैं ना ये सोचती हुंदी आ वी जिहड़ियां कुड़ियां है ना बेचारियां, देख पहला माँ बाप दे घरे जम्मदियां, है ना, पलदियां, उत्थे सुख मंगदियां वीरां दी, है ना, उस घर दी, ते उन्हां दा आपदे कमरे नाल किन्ना प्यार हुंदा, है ना। फिर एक दिन ऐसा हुंदा वी उन्हां नूं तोड़ दित्ता जांदा, है ना, वह कमरा भी छड्डना पैंदा, जिहड़ी मेहर हुंदी वह भी छड्डनी पैंदी है। ते मैं ना यही सुनेहा देना चाहुंदी, है ना, इत्थों आपदे चैनल तो, कि पवन किन्ना चंगा होवे ना जो सदरां धीआं लै के जांदियां एक अगले घरे, जे वह पूरियां होण, है ना, ਇੱਕ ਤਾਂ ਉਹਨੂੰ ਧੀ ਬਣਾਇਆ ਜਾਵੇ। ਜਦੋਂ ਹਮੇਸ਼ਾ ਹੀ ਆਪਾਂ ਲੋਕ ਗੀਤ ਗਾਉਂਦੇ ਹਾਂ ਜਾਂ ਆਪਾਂ ਇੰਟਰਵਿਊ ਕੀਤੀ ਤਾਂ ਆਪਣੀ ਦੋਸਤੀ ਦਾ ਜ਼ਿਕਰ ਹੁੰਦਾ, ਬਹੁਤ ਖੁਸ਼ਕਿਸਮਤ ਹੁੰਦੇ ਆ ਉਹ ਲੋਕ ਜਿਨ੍ਹਾਂ ਨੂੰ ਸੱਚੇ ਦੋਸਤ ਮਿਲਦੇ ਆ। ਤਾਂ ਮੈਂ ਅਤੇ ਵੀਰਪਾਲ ਹਮੇਸ਼ਾ ਭਾਗਾਂ ਵਾਲੀਆਂ ਰਹੀਆਂ ਏ ਕਿ ਸਾਨੂੰ ਸਾਡੀ ਉਮਰ ਦੀਆਂ ਜਿਹੜੀਆਂ ਸਹੇਲੀਆਂ ਮਿਲੀਆਂ ਉਹਨਾਂ ਨੇ ਵੀ ਬਹੁਤ ਪਿਆਰ ਕੀਤਾ, ਅਤੇ ਜਿਹੜੀਆਂ ਸਾਡੇ ਤੋਂ ਬਹੁਤ ਵੱਡੀਆਂ ਸਾਡੀਆਂ ਭੈਣਾਂ ਉਹਨਾਂ ਨੇ ਵੀ ਬਹੁਤ ਪਿਆਰ ਕੀਤਾ। ਤਾਂ ਕਦੇ ਕਦੇ ਮੈਂ ਇਕੱਲੀ ਬੈਠਦੀ ਹੁੰਦੀ ਹਾਂ ਕਿ ਜਿਵੇਂ ਇੱਕ ਗੀਤ ਆ ਹਰਭਜਨ ਮਾਨ ਦਾ, ਬੇੜੀ ਦਾ ਪੂਰ ਤਰੰਜਣ ਦੀਆਂ ਕੁੜੀਆਂ ਸਦਾ ਨਾ ਬਹਿਣਾ ਰਲ ਕੇ। ਤਾਂ ਜਦੋਂ ਅਸੀਂ ਕਾਲਜ ਹੁੰਦੇ ਸੀ ਤਾਂ ਅਸੀਂ ਵੀ ਬਹੁਤ ਸਖੀਆਂ ਸੀ ਇਕੱਠੀਆਂ, ਵੀਰਪਾਲ ਹੁੰਦੀ ਸੀ, ਹੈ ਨਾ, ਹੋਰ ਵੀ ਸਾਡੀਆਂ ਸਹੇਲੀਆਂ ਸੀ, ਹੁਣ ਮੈਂ ਸਾਰਿਆਂ ਦਾ ਜੇ ਨਾਂ ਲੈਣ ਲੱਗ ਗਈ ਤਾਂ ਲਿਸਟ ਬਹੁਤ ਲੰਬੀ ਹੋ ਜਾਣੀ ਆ। ਤਾਂ ਹੌਲੀ ਹੌਲੀ ਇੱਕ ਸਮਾਂ ਆਉਂਦਾ ਕਿ ਇਹ ਜੱਗ ਦਾ ਇੱਕ ਦਸਤੂਰ ਆ ਕਿ ਕੁੜੀਆਂ ਨੇ ਸਾਰੇ ਜਾਣਾ ਹੀ ਹੁੰਦਾ ਹੈ, ਇਹ ਕਹਿੰਦੇ ਤਾਂ ਰਾਜੇ ਰਾਣੀਆਂ ਵੀ ਨੇ ਵੀ ਨਹੀਂ ਰੱਖਣਾ। ਤੇ ਪਰ ਕੁੜੀਆਂ ਦੀ ਜ਼ਿੰਦਗੀ ਦਾ ਇਹ ਆ ਕਿ ਜਿਵੇਂ ਤੂੰ ਗੱਲ ਕਰਦੀ ਆ ਵੀਰਪਾਲ, ਕਿ ਜੇਕਰ ਅਗਲੇ ਆਪਾਂ ਨੂੰ ਸਹੁਰਾ ਪਰਿਵਾਰ ਵਧੀਆ ਮਿਲ ਜੇ, ਚੰਗਾ ਇਨਸਾਨ ਮਿਲ ਜੇ, ਤਾਂ ਭਾਗਾ ਵਾਲਾ ਕਿੰਨਾ ਕੁਝ ਪਿੱਛੇ ਛੱਡ ਕੇ ਜਾਂਦੀ, ਤੇ ਜੇ ਅੱਗੋਂ ਉਹਨੂੰ ਪਿਆਰ ਨਹੀਂ ਨਾ ਮਿਲਦਾ ਫਿਰ ਉਹਦਾ ਮਨ ਤਾਂ ਪੁੱਛਿਆ ਹੀ ਜਾਂਦਾ, ਹੈ ਨਾ। ਸਾਰੇ ਰਿਸ਼ਤਿਆਂ ਤੋਂ ਟੁੱਟਦੀ ਟੁੱਟਦੀ ਸਭ ਤੋਂ ਜ਼ਿਆਦਾ ਦੂਰ ਕੁੜੀ ਆਪਦੀਆਂ ਸਹੇਲੀਆਂ ਤੋਂ ਹੁੰਦੀ ਹੈ। ਜੇ ਜੀਵਨ ਸਾਥੀ ਚੰਗਾ ਤਾਂ ਉਹ ਹਮੇਸ਼ਾ ਜਿਹੜਾ ਉਹਦਾ ਰਿਸ਼ਤਾ ਉਹ ਬਣਿਆ ਰਹਿੰਦਾ ਹੈ। ਤਾਂ ਜਿਹੜਾ ਇੱਕ ਗੱਲ ਇੱਥੇ ਇਹ ਵੀ ਕਹਿਣਾ ਚਾਹੁੰਦੀ ਹਾਂ ਪਵਨ, ਕਿ ਕੁੜੀਆਂ ਨੂੰ ਵੀ ਸਿਆਣੀਆਂ ਬਣ ਕੇ ਰਹਿਣਾ ਚਾਹੀਦਾ ਅਗਲੇ ਘਰੇ, ਹੈ ਨਾ, ਸਾਰੇ ਫਰਜ਼ ਨਿਭਾਓ, ਰਿਸ਼ਤੇ ਨਾਤਿਆਂ ਨੂੰ ਪੂਰਾ ਪਿਆਰ ਦਿਓ, ਅਤੇ ਉਹਦੇ ਬਦਲੇ ਜਿਹੜਾ ਉੱਥੋਂ ਦਾ ਪਰਿਵਾਰ ਆ, ਹੈ ਨਾ, ਉਹਨਾਂ ਨੂੰ ਵੀ ਚਾਹੀਦਾ ਵੀ ਉਹ ਉਸ ਆਪਦੀ ਨੂੰਹ ਨੂੰ ਧੀ ਬਣਾਵੇ, ਉਹਦੀਆਂ ਜਿਹੜੀਆਂ ਭਾਵਨਾਵਾਂ ਉਹਨੂੰ ਸਮਝੇ, ਉਹਨੂੰ ਦਬਾ ਕੇ ਨਾ ਰੱਖੇ, ਹੈ ਨਾ, ਜਿੱਥੇ ਉਹ ਸਹੀ ਹੈ ਉਹਦਾ ਪੂਰਾ ਸਾਥ ਦੇਵੇ, ਹੈ ਨਾ। ਜਿਵੇਂ ਮੈਂ ਤੇਰੇ ਨਾਲ ਸੁਬਾ ਹੀ ਗੱਲ ਕਰਦੀ ਸੀ ਕਿ ਜਿਹੜੀ ਇੱਕ ਕੁੜੀ ਆ ਜਦੋਂ ਸਹੁਰੇ ਪਰਿਵਾਰ 'ਚ ਜਾਂਦੀ ਆ ਤਾਂ ਉਹ ਬਹੁਤ ਸਾਰੀਆਂ ਸਦਰਾਂ ਅਤੇ ਰੀਝਾਂ ਲੈ ਕੇ ਆਉਂਦੀ ਆ, ਤਾਂ ਕੁੜੀ ਦਾ ਵੀ ਫਰਜ਼ ਬਣਦਾ ਤਾਂ ਸਹੁਰਿਆਂ ਦਾ ਵੀ। ਜੇ ਮੈਂ ਗੱਲ ਕਰਦੀ ਸੀ ਮੇਰੇ ਭਾਬੀ ਆਏ ਹੋਏ ਆ, ਹੈ ਨਾ, ਇਸ ਚੀਜ਼ ਨੂੰ ਮੈਂ ਮਹਿਸੂਸ ਕਰਦੀ ਹਾਂ, ਮੈਨੂੰ ਹੁੰਦਾ ਕਿ ਉਹ ਬਹੁਤ ਸੁਪਨੇ ਲੈ ਕੇ ਆਈ ਆ, ਤਾਂ ਅਸੀਂ ਉਹਨੂੰ ਧੀਆਂ ਵਾਂਗੂ ਹੀ ਰੱਖਦੇ ਹਾਂ, ਮੇਰੇ ਮੰਮੀ ਡੈਡੀ, ਹੈ ਨਾ, ਸਾਨੂੰ ਹੁੰਦਾ ਕਿ ਉਹਦੀ ਕੋਈ ਰੀਝ ਨਾ ਰਹਿ ਜੇ, ਕਿਉਂਕਿ ਇਹ ਗੱਲਾਂ ਮੈਂ ਮਹਿਸੂਸ ਕਰਦੀ ਹਾਂ। ਮੈਂ ਇਹ ਸੋਚ ਦਿੰਦੀ ਪਵਨ, ਜੇ ਇੱਕ ਉਹ ਨੂੰਹ ਹੈ, ਹੈ ਨਾ, ਜੇ ਉਹ ਥੋੜ੍ਹਾ ਬਹੁਤਾ ਗੁਣਗੁਣਾ ਲਊਗੀ, ਜੇ ਉਹ ਥੋੜ੍ਹਾ ਬਹੁਤਾ ਨੱਚ ਲਊਗੀ, ਮੈਨੂੰ ਨਹੀਂ ਲੱਗਦਾ ਉਹਦੇ ਨਾਲ ਕੋਈ ਫਰਕ ਪੈਂਦਾ, ਘਰ ਦਾ ਮਾਹੌਲ ਬਹੁਤ ਸੋਹਣਾ ਬਣ ਜਾਂਦਾ, ਹੈ ਨਾ। ਮੈਂ ਇਹ ਵੀ ਨਹੀਂ ਕਹਿੰਦੀ ਕਿ ਆਪਾਂ 24 ਘੰਟੇ ਨੱਚੀ ਜਾਈਏ, ਹੈ ਨਾ, ਪਰ ਇੱਕ ਤਾਂ ਉਹ ਥੋੜ੍ਹੀ ਆਜ਼ਾਦੀ ਮਹਿਸੂਸ ਕਰਦੀ, ਇੱਕ ਨੂੰ ਇਹ ਲੱਗਦਾ ਮੈਨੂੰ ਸਾਰੇ ਸਮਝਦੇ, ਇੱਕ ਘਰ 'ਚ ਰੌਣਕ ਬਣੀ ਰਹਿੰਦੀ ਹੈ, ਹੈ ਨਾ। ਤਾਂ ਉਹਨਾਂ ਦੀਆਂ ਧੀਆਂ ਨੌਵਾਂ ਦੀਆਂ ਜਿਹੜੀਆਂ ਉਹਨਾਂ ਦੇ ਜਜ਼ਬਾਤ ਆ, ਉਹਨਾਂ ਨੂੰ ਦਬਾਓ ਨਾ, ਕਿਉਂਕਿ ਇਹ ਇੱਕ ਵਿਕਰਾਲ ਰੂਪ ਧਾਰਨ ਕਰਦੇ ਆ। ਹਾਂਜੀ, ਵਿਕਰਾਲ ਰੂਪ ਕਿਵੇਂ, ਜਦੋਂ ਆਪਾਂ ਉਹਨਾਂ ਨੂੰ ਦਬਾ ਲੈਂਦੇ ਹਾਂ, ਦਬਾ ਤਾਂ ਆਪਾਂ ਲਵਾਂਗੇ, ਉਹ ਦੱਬ ਵੀ ਜਾਊਗੀ, ਪਰ ਕਿਤੇ ਨਾ ਕਿਤੇ ਉਹ ਜਾ ਕੇ ਡਿਪਰੈਸ਼ਨ ਦੀ ਮਰੀਜ਼ ਜ਼ਰੂਰ ਹੋਊਗੀ, ਕਾਰਨ ਇਹੀ ਆ ਕਿਤੇ। ਜੇਕਰ ਆਪਾਂ ਇੱਕ ਨੂੰਹ ਦੀਆਂ ਰੀਝਾਂ ਪੂਰੀਆਂ ਕਰਾਂਗੇ ਤਾਂ ਉਹ ਆਪਣੀਆਂ ਰੀਝਾਂ ਪੂਰੀਆਂ ਕਰੂਗੀ, ਜ਼ਰੂਰ ਕਰੂਗੀ। ਕਹਿੰਦੇ ਵੀ ਇੱਕ ਕੁੜੀ ਦੇ ਆਉਣ ਨਾਲ ਜਿਹੜਾ ਘਰ ਉਹ ਸਵਰਗ ਬਣ ਜਾਂਦਾ। ਹਾਂ, ਤਾਂ ਇਹ ਸਖੀਆਂ ਦੀ ਜਿਹੜੀ ਗੱਲਬਾਤ ਆ ਉਹ ਸ਼ੁਰੂ ਕੀਤੀ ਆ ਸਾਡੀ ਪਿਆਰੀ ਜੀ ਸਖੀ ਤੋਂ। ਸਾਰੇ ਮੇਰੇ ਸਾਡੇ ਚੈਨਲ ਤੋਂ ਸ਼ਾਇਦ ਕੁਝ ਵੀਰ ਵੀ ਸਾਨੂੰ ਸੁਣਦੇ ਹੋਣਗੇ, ਤੇ ਉਹਨਾਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ, ਹੈ ਨਾ, ਵੀ ਆਪਦੀਆਂ ਪਤਨੀ ਉਹਨਾਂ ਦੀਆਂ ਸਖੀਆਂ ਨੂੰ ਕਿਰਪਾ ਕਰਕੇ ਉਹਨਾਂ ਨੂੰ ਉਹਨਾਂ ਦੀਆਂ ਸਖੀਆਂ ਨਾਲੋਂ ਟੁੱਟਣ ਨਾ ਦਿਓ, ਉਹਨਾਂ ਨੂੰ ਪੂਰਾ ਸਤਿਕਾਰ ਦਿਓ, ਮਿਲਦੇ ਵਰਤਦੇ ਰਹਿਣਾ ਚਾਹੀਦਾ, ਹੈ ਨਾ ਜੀ। ਚਲੋ ਮੰਨਿਆ ਜ਼ਿੰਦਗੀ 'ਚ ਬਹੁਤ ਰੁਝੇਵੇਂ ਆ, ਪਰ ਕਦੇ ਕਦੇ, ਹੈ ਨਾ, ਮਿਲ ਵੀ ਲੈਣਾ ਚਾਹੀਦਾ ਸਖੀਆਂ ਸਹੇਲੀਆਂ ਨੂੰ, ਮੈਨੂੰ ਲੱਗਦਾ ਫੋਨ ਲਾ ਵੀ ਲੈਣੇ ਚਾਹੀਦੇ ਆ, ਇੰਨੇ ਵੀ ਨਹੀਂ ਆਪਾਂ ਨੂੰ ਉਹ ਹੋਣੇ ਚਾਹੀਦਾ, ਹੈ ਨਾ। ਤਾਂ ਪਿਆਰ ਬਣਿਆ ਰਹੇ ਜੀ ਸਖੀਆਂ ਦਾ,
ਨੌਂ ਨੂੰ ਪੂਰਾ ਇੱਜ਼ਤ ਦਿਓ ਤੇ ਨੌਂ ਨੂੰ ਵੀ ਇਹ ਉਹਦਾ ਪਹਿਲਾ ਫਰਜ਼ ਹੈ ਕਿ ਉਹਨੂੰ ਵੀ ਉੱਥੇ ਰਿਸ਼ਤਿਆਂ ਨਾਤਿਆਂ ਨੂੰ ਬਰਾਬਰ ਦਾ ਹਾਂ ਖੁਸ਼ ਰੱਖਣਾ ਦੋਵੇਂ ਚੀਜ਼ਾਂ ਜੇ ਬਰਾਬਰ ਚੱਲਣਗੀਆਂ ਨਾ ਜ਼ਿੰਦਗੀ ਬਹੁਤ ਸਵਰਗ ਬਣ ਜਾਂਦੀ ਹੈ ਉੱਥੇ ਮੈਂ ਕਹਿੰਦੀ ਪੈਸਾ ਕੁਛ ਨਹੀਂ ਕਰ ਸਕਦਾ ਜਿੱਥੇ ਇਹੋ ਜਿਹੇ ਰਿਸ਼ਤੇ ਨਾਤੇ ਹੈ ਨਾ ਪੈਸਾ ਤਾਂ ਬਹੁਤ ਪਿੱਛੇ ਰਹਿ ਜਾਂਦਾ ਹੈ ਨਾ ਤਾਂ ਸਖੀਆਂ ਤੇ ਫਿਰ ਗੀਤ ਕੱਚੀਆਂ ਕਲੀਆਂ ਹਾਂ ਮੈਨੂੰ ਵੀ ਲੱਗਦਾ ਹੈ ਗਾ ਲੈਣਾ ਚਾਹੀਦਾ ਹਾਂਜੀ ਤਾਂ ਲੋਕ ਗੀਤ ਆ ਕੱਚੀਆਂ ਕਲੀਆਂ ਨਾ ਤੋੜ ਬਾਗਾਂ ਦੇ ਆ ਬੇਮਾਲੀ ਆ ਤੁਹਾਡੇ ਸਾਹਮਣੇ ਪੇਸ਼ ਕਰਨ ਲਈ ਕੱਚੀਆਂ ਕਲੀਆਂ ਨਾ ਤੋੜ ਬਾਗਾਂ ਦੀਆਂ ਵੇ ਮਾਲੀਆ ਕੱਚੀਆਂ ਕਲੀਆਂ ਨਾ ਤੋੜ ਬਾਗਾਂ ਦੀਆਂ ਵੇ ਮਾਲੀਆ ਨਾ ਕਲੀਆਂ ਦੀ ਬੜੀ ਬਹਾਰ ਚੁੱਕ ਰਹੀਆਂ ਵੇ ਡਾਲੀਆਂ ਕੱਚੀਆਂ ਕਲੀਆਂ ਨਾ ਤੋੜ ਬਾਗਾਂ ਦੀਆਂ ਵੇ ਮਾਲੀਆ ਮਾਪਿਆਂ ਨਾਲੋਂ ਨਾ ਤੋੜ ਸੁਹੇ ਚੀਰੇ ਵੇ ਵਾਲੀਆ ਕੱਚੀਆਂ ਕਲੀਆਂ ਨਾ ਤੋੜ ਬਾਗਾਂ ਦੀਆਂ ਵੇ ਮਾਲੀਆ ਸਖੀਆਂ ਨਾਲੋਂ ਨਾ ਤੋੜ ਸੁਹੇ ਚੀਰੇ ਵੇ ਵਾਲੀਆ ਇਹਨਾਂ ਸਖੀਆਂ ਦੀ ਬੜੀ ਬਹਾਰ ਸੁਹੇ ਚੀਰੇ ਵੇ ਵਾਲੀਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸਾਡੇ ਲੋਕ ਗੀਤ ਸਾਡੀਆਂ ਗੱਲਾਂ ਬਾਤਾਂ ਤੁਹਾਨੂੰ ਤੁਹਾਨੂੰ ਕਿਹੋ ਜਿਹੀਆਂ ਲੱਗਦੀਆਂ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਸਾਡਾ ਚੈਨਲ ਆ ਜਿਹੜਾ ਉਹ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ